ਜਲਾਲਾਬਾਦ ਦੇ ਪਿੰਡ ਬੂਰਵਾਲਾ ਵਿਖੇ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਤੇ ਭੈਣ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੁਲਜ਼ਮ ਮਨਜੀਤ ਸਿੰਘ ਆਪਣੀ ਭੈਣ ਤੇ ਮਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਮੰਗ ਪੂਰੀ ਨਾ ਹੋਣ ਤੇ ਉਸਨੇ ਮਾਂ ਤੇ ਭੈਣ ਦਾ ਕਹੀ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਉਕਤ ਦੋਸ਼ੀ ਦਾ ਵੱਡਾ ਭਰਾ ਹਰਜੀਤ ਸਿੰਘ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਲਹੂ ਨਾਲ ਲੱਥ-ਪੱਥ ਪਈਆਂ ਲਾਸ਼ਾਂ ਘਰ ਵਿੱਚ ਦੇਖੀਆਂ ਤੇ ਪਿੰਡ ਵਾਸੀਆਂ ਨੂੰ ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਏ। ਅੱਜ SI ਇਕਬਾਲ ਖਾਨ SHO ਰਾਤ ਸਮੇਂ ਗਸ਼ਤ 'ਤੇ ਸੀਗੇ, ਦੌਰਾਨੇ ਗਸ਼ਤ 'ਤੇ ਉਹਨਾਂ ਨੂੰ ਰਾਜ ਸਿੰਘ ਪੁੱਤਰ ਖਾਨ ਸਿੰਘ ਵਾਸੀ ਬੂਰਵਾਲਾ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਆਪਣੀ ਮਾਤਾ ਸ਼ਿੰਦਰਪਾਲ ਕੌਰ ਅਤੇ ਭੈਣ ਸੀਮਾ ਰਾਣੀ ਦਾ ਕਈ ਵਾਰੀ ਕਤਲ ਕਰ ਦਿੱਤਾ, ਜਿਸ ਦੇ ਆਧਾਰ 'ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। ਇਹ ਗੱਲ ਸਾਹਮਣੇ ਆਈ ਹੈ ਜੀ, ਇਹ ਕੰਮ ਘਰ ਨਹੀਂ ਕਰਦਾ ਸੀਗਾ ਅਤੇ ਉਹ ਕਹਿੰਦੇ ਸੀ ਤੂੰ ਕੰਮ ਕਾਰ ਕਰ, ਕਿਤੇ ਰੋਟੀ ਦੇਣੀ ਸੀ, ਤੇਰਾ ਵਿਆਹ ਕੌਣ ਕਰੂਗਾ, ਇਸ ਕਰਕੇ ਉਹ ਰੰਜਿਸ਼ ਰੱਖਦਾ ਸੀਗਾ ਅਤੇ ਉਹਨੂੰ ਸੁੱਤੀਆਂ ਪਈਆਂ ਨੂੰ ਦਿਨ ਸਮੇਂ ਕਈ ਨਾ ਗਲਾ ਵੱਟ। ਇਹਦਾ ਇਹ ਭਰਾ ਅਤੇ ਇਹਦਾ ਪਿਤਾ ਜਲਾਲਾਬਾਦ ਨੌਕਰੀ ਕਰਦੇ ਆ, ਜਦੋਂ ਰਾਤ ਸਮੇਂ ਉਹ ਘਰ ਆਏ ਤਾਂ ਉਹਨਾਂ ਪਤਾ ਲੱਗਿਆ ਬੂਹਾ ਲੱਗਿਆ ਹੋਇਆ ਸੀਗਾ, ਉਹਨਾਂ ਵਾਜੇ ਵਜੋਂ ਮਾਰ ਕੇ ਬੂਹਾ ਖੁੱਲ੍ਹ ਕੇ ਵੇਖਿਆ ਤਾਂ ਅੱਗੇ ਲਾਸ਼ਾਂ ਪਈਆਂ ਸੀ। ਮਨਜੀਤ ਸਿੰਘ ਸੀਗਾ ਜੀ, ਜਾਂ ਕਿਸੇ ਨੇ ਕਤਲ ਕੀਤਾ ਜੀ, ਪੁੱਤਰ ਗੁਰਚਰਨ ਸਿੰਘ ਮਰਨ ਨਾਲ ਹੀ ਸ਼ਿੰਦਰਪਾਲ ਕੌਰ ਪਤਨੀ ਗੁਰਚਰਨ ਸਿੰਘ ਸੀਮਾ ਰਾਣੀ ਪੁੱਤਰੀ ਗੁਰਚਰਨ ਸਿੰਘ ਦਸਵੀਂ ਫੇਲ ਸੀਗਾ ਜੀ, ਕੰਮ ਤਾਂ ਨਹੀਂ ਕਰਦਾ ਸੀ, ਵਿਹਲਾ ਸੀ, ਕਹਿੰਦਾ ਬਿਮਾਰ ਹੈ, ਬਿਮਾਰੀ ਦਵਾਈ ਚੱਲਦੀ ਸੀ, ਬਸ ਇਹਦੇ ਕਰਕੇ ਜੀ ਕੰਮ ਕਰਿਆ ਕਰ, ਵਿਹਲਾ ਰਹਿੰਦਾ, ਦੂਜੇ ਤਰ੍ਹਾਂ ਭਰਾ ਤਰ੍ਹਾਂ ਕੰਮ ਕਰਦਾ।